ਉਹ ਲੋਕਾਂ ਨੇ ਰੌਲਾ ਪਾ ਦਿੱਤਾ ਜੀ سونے ਦੀ ਪਾਲਕੀ ਚ ਬੈਠ ਕੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਏ ਤੁਸੀਂ ਆਪਣੀ ਜ਼ਮੀਰ ਨੂੰ ਵੇਚ ਕੇ ਇੱਕ ਚਾਰਛ ਲੜਾਂ ਵਾਸਤੇ ਪੈਸਿਆਂ ਵਾਸਤੇ ਉੱਥੇ ਜਾ ਕੇ ਕੀਰਤਨ ਕਰ ਰਹੇ ਹੋ ਪਰ 72 ਘੰਟੇ ਕੀਰਤਨ ਦੀ ਸੋਭਾ ਨਹੀਂ ਕੀਤੀ ਗਈ ਉਸ ਡੇਢ ਮਿੰਟ ਦੀ ਉਸ ਕਲਿੱਪ ਦੀ ਬਖਤੋਈ ਜ਼ਰੂਰ ਹੋਈ ਕਿ ਬਾਬਾ ਜੀ ਪਾਲਕੀ ਚ ਬੈਠ ਕੇ سونے ਦੀ ਪਾਲਕੀ ਵਿੱਚ ਬੈਠ ਕੇ ਉੱਥੇ ਆਏ ਆਮ ਸਿੱਖਾਂ ਦੇ ਘਰਾਂ ਵਿੱਚ ਜਦੋਂ ਵਿਆਹ ਸ਼ਾਦੀਆਂ ਕੋਈ ਜਨਮ ਦਿਨ ਮਨਾਇਆ ਜਾਂਦਾ ਹੈ ਕਿ ਬੱਚੇ ਖੁਸ਼ੀ ਨਹੀਂ ਕਰਦੇ ਗਲਤੀਆਂ ਹਰ ਬੰਦੇ ਕੋਲੋਂ ਹੁੰਦੀਆਂ ਨੇ ਸ਼ਾਇਦ ਸਾਡੇ ਕੋਲੋਂ ਵੀ ਅਣਜਾਣੇ ਅਣਜਾਣੇ ਵਿੱਚ ਹੋਈ ਹੋਵੇ ਅਸੀਂ ਇੰਨੇ ਵੀ ਜ਼ਮੀਰ ਤੋਂ ਡਿੱਗੇ ਹੋਏ ਨਹੀਂ ਹੈਗੇ ਕੋਈ ਵੀ ਇਨਸਾਨ ਨਹੀਂ ਇਸ ਤਰ੍ਹਾਂ ਦਾ ਹੁੰਦਾ ਕਿ ਜਿਸ ਸਾਹਿਬ ਦਾ ਦਿੱਤਾ ਹੋਇਆ ਕੋਈ ਖਾਵੇ ਤੇ ਉਸ ਸਾਹਿਬ ਦੀ ਨਰਾਦਰੀ ਹੋਵੇ ਤੇ ਅਸੀਂ ਚੁੱਪ ਕਰਕੇ ਉੱਥੇ ਵੇਖਦੇ ਹੋਈਏ ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਉਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਨੀਲਤਾਰੀ ਸੰਪਰਦਾ ਦੇ ਮੁਖੀ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਜਿਨ੍ਹਾਂ ਦੀ ਕਿ ਵੀਡੀਓ ਦੇ ਵਿੱਚ ਉਹਨਾਂ ਨੂੰ ਇੱਕ ਕੁਰਸੀ ਦੇ ਉੱਤੇ ਬਿਠਾ ਕੇ ਇੱਕ ਫਿਲਮ ਦਾ ਜਿਹੜਾ ਗਾਣਾ ਲਗਾ ਕੇ ਉਹਨਾਂ ਨੂੰ ਘੁਮਾਇਆ ਜਾ ਰਿਹਾ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਜਿਹੜੇ ਇਲਜ਼ਾਮ ਤੇ ਕਮੈਂਟਸ ਜਿਹੜੇ ਨੇ ਸੋਸ਼ਲ ਮੀਡੀਆ ਤੇ ਆਏ ਕਿ ਇੱਕ ਸਿੱਖ ਨੂੰ ਇੱਕ ਜਿਹੜਾ ਧਾਰਮਿਕ ਲੀਡਰ ਨੂੰ ਧਾਰਮਿਕ ਆਗੂ ਨੂੰ ਇਸ ਤਰ੍ਹਾਂ ਦੇ ਕੰਮ ਸ਼ੋਭਾ ਨਹੀਂ ਦਿੱਤੇ ਉਸ ਤੋਂ ਬਾਅਦ ਸਿੱਖ ਧਰਮ ਦੇ ਸਰਮੌਰ ਅਤੇ ਨਾਮਵਰ ਰਾਗੀ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਤੇ ਭਾਈ ਹਰਵਿੰਦਰ ਸਿੰਘ ਸਤਵਿੰਦਰ ਸਿੰਘ ਦਿੱਲੀ ਵਾਲੇ ਜਿਹੜੇ ਕਿ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸੀ ਉਹ ਪ੍ਰੋਗਰਾਮ ਦੇ ਵਿੱਚ ਉਹ ਸ਼ਬਦ ਗਾਇਨ ਕਰ ਰਹੇ ਸੀ ਉਹਨਾਂ ਨੇ ਪੂਰੇ ਇਸ ਇਲਜ਼ਾਮਾਂ ਦਾ ਸਪਸ਼ਟੀਕਰਨ ਦਿੱਤਾ ਉਹਨਾਂ ਦਾ ਕੀ ਕਹਿਣਾ ਇਸ ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸਤਵਿੰਦਰ ਸਿੰਘ ਦਿੱਲੀ ਵਾਲੇ ਤੇਰੇ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ ਮੇਰੇ ਨਾਲ ਮੇਰੇ ਵੀਰ ਜੀ ਨੇ ਸਾਧ ਸੰਗਤ ਜੀ ਅੱਜ ਅਸੀਂ ਇੱਕ ਖਾਸ ਮੁੱਦੇ ਦੀ ਕਲੈਰੀਫਿਕੇਸ਼ਨ ਵਾਸਤੇ ਆਪ ਜੀ ਦੇ ਸਾਹਮਣੇ ਹੋ ਰਹੇ ਹਾਂ ਜਿਹੜਾ ਕਿ ਫੇਸਬੁੱਕ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਉਹਦੀ ਅਸਲ ਸਚਾਈ ਅਤੇ ਉਹਦੇ ਬਾਰੇ ਸੰਗਤਾਂ ਨੂੰ ਥੋੜਾ ਜਿਆਦਾ ਜਾਣੂ ਕਰਵਾਉਣ ਵਾਸਤੇ ਅਸੀਂ ਅੱਜ ਦੀ ਇਹ ਵੀਡੀਓ ਬਣਾ ਰਹੇ ਹਾਂ ਕੀ ਮੁੱਦੇ ਬਾਬਾ ਸਤਨਾਮ ਸਿੰਘ ਜੀ ਪਿਪਲੀ ਵਾਲੇ ਜਿਨ੍ਹਾਂ ਦਾ 17ਵਾਂ ਜਨਮ ਦਿਨ 2 ਫਰਵਰੀ ਸਨ 2019 ਨੂੰ ਬੈਂਕਾਕ ਥਾਈਲੈਂਡ ਵਿਖੇ ਮਨਾਇਆ ਗਿਆ ਉਹ ਸਮਾਗਮ ਬਿਨਾਂ ਸ਼ੱਕ ਹੈ ਤਾਂ ਜਨਮ ਦਿਨ ਦਾ ਨਾਂ ਦਿੱਤਾ ਗਿਆ ਸੀ ਪਰ ਉਹ ਕੀਰਤਨ ਟੋਟਲੀ ਕੀਰਤਨ ਸਮਾਗਮ ਹੁੰਦਾ ਹੈ ਕਥਾ ਸਮਾਗਮ ਹੁੰਦਾ ਹੈ ਜਿਹਦੇ ਵਿੱਚ ਹਰ ਸਾਲ ਹੀ ਕੀਰਤਨੀਆਂ ਨੂੰ ਬੁਲਾ ਕੇ ਰਾਗੀ ਸਿੰਘਾਂ ਨੂੰ ਜਥਿਆਂ ਨੂੰ ਪ੍ਰਚਾਰਕਾਂ ਨੂੰ ਬੁਲਾ ਕੇ ਉੱਥੇ ਗੁਰਮਤਿ ਦਾ ਪ੍ਰਚਾਰ ਕੀਤਾ ਜਾਂਦਾ ਹੈ ਸੋ ਉਸ ਸਿਲਸਿਲੇ ਦੇ ਵਿੱਚ ਇਸ ਸਾਲ ਸੰਨ 2019 ਵਾਲੇ ਜਨਮ ਦਿਨ ਤੇ ਸਾਨੂੰ ਬਾਬਾ ਜੀ ਵੱਲੋਂ ਸੱਦਾ ਪੱਤਰ ਆਇਆ ਜਿਦੇ ਵਿੱਚ ਅਸੀਂ ਦੋਵੇਂ ਜੱਥੇ ਭਾਈ ਗੁਰਪ੍ਰੀਤ ਸਿੰਘ ਜੀ ਤੇ 10 ਦਾ ਜੱਥਾ ਤੇ ਨਾਲ ਭਾਈ ਗਦਨਦੀਪ ਸਿੰਘ ਜੀ ਸ੍ਰੀ ਗੰਗਾ ਨਗਰ ਵਾਲੇ ਇਸ ਤੋਂ ਇਲਾਵਾ ਭਾਈ ਅਰਜਨ ਸਿੰਘ ਜੀ ਪਰਵਾਨਾ ਉਹ ਕੀਰਤਨੀ ਵੀ ਸਾਡੇ ਨਾਲ ਸੀ ਸੋ ਉਸ ਸਮਾਗਮ ਦੇ ਦੌਰਾਨ ਕੁਝ ਵੀਡੀਓ ਵਾਇਰਲ ਹੋਈਆਂ ਜਿਹੜੀਆਂ ਵੀਡੀਓ ਸੀਗੀਆਂ ਉਹ ਫੇਕ ਨਹੀਂ ਸੀ ਪਰ ਉਹਨਾਂ ਦੇ ਨਾਲ ਜਿਹੜੀ ਕਹਾਣੀ ਘੜ ਦਿੱਤੀ ਗਈ ਉਹ ਟੋਟਲੀ ਫੇਕ ਸੀ ਬਿਲਕੁਲ ਜੀ ਉਸ ਫੇਕ ਕਹਾਣੀ ਨੂੰ ਸੰਗਤਾ ਨੇ ਬਿਨਾ ਸੋਚੇ ਸਮਝੇ ਵਿਚਾਰੇ ਐਕਚੁਅਲੀ ਮੈਂ ਸੰਗਤ ਵੀ ਸੰਗਤਾ ਨੂੰ ਵੀ ਨਹੀਂ ਕਵਾਂਗਾ ਅਸਲ 'ਚ ਜਿਹੜੀ ਸਾਡੀ ਹੁਣ ਫੇਸਬੁੱਕ ਤੇ ਇੱਕ ਜਿਹੜੀ ਵੱਖਰੀ ਜੀ ਕੌਮ ਬਣੀ ਹੋਈ ਹੈ ਫੇਸਬੁੱਕ ਵਾਲੀ ਕੌਮ ਵੱਖਰੀ ਹੋ ਗਈ ਨਾ ਕਿਉਂਕਿ ਉਸ ਕੌਮ ਦਾ ਮਤਲਬ ਸਿਰਫ ਫੇਸਬੁੱਕ ਤੇ ਰੌਲਾ ਪਾਉਣ ਦਾ ਜਾਂ ਬਿਨਾਂ ਹਕੀਕਤ ਜਾਣੇ ਗਾਲਾਂ ਕੱਢਣ ਦਾ ਜਾਂ ਕਿਸੇ ਨੂੰ ਬੁਰਾ ਭਲਾ ਕਹਿਣ ਦਾ ਸਿਰਫ ਇਹੋ ਹੀ ਕੰਮ ਰਹਿ ਗਿਆ ਇਸ ਕਰਕੇ ਅਸੀਂ ਜਿਹੜੀ ਸਾਰੀ ਸਿੱਖ ਸੰਗਤ ਹੈ ਉਸ ਨੂੰ ਬਿਲਕੁਲ ਅਸੀਂ ਇਹ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਨਹੀਂ ਕਰਨਾ ਚਾਹੁੰਦੇ ਕਿ ਉਹਨਾਂ ਦਾ ਮਨ ਦੁਖੇ ਜਾਂ ਕੁਝ ਹੋਵੇ ਪਰ ਜਿਹੜੀ ਫੇਸਬੁੱਕ ਵਾਲੀ ਸਾਰੀ ਟੀਮ ਜਾਂ ਸਾਰੀ ਕੌਮ ਆਪਣੇ ਆਪ ਨੂੰ ਅਖਵਾਉਣ ਵਾਲੀ ਹੈ ਜਿਨ੍ਹਾਂ ਦਾ ਦਰਦ ਸਿਰਫ ਫੇਸਬੁੱਕ ਤੇ ਝਲਕਦਾ ਹੈ ਜੇ ਉਹਨਾਂ ਦਾ ਦਰਦ ਸਿੱਖੀ ਪ੍ਰਤੀ ਆਪਾਂ ਗਰਾਊਂਡ ਲੈਵਲ ਤੇ ਵੇਖੀਏ ਤੇ ਮੇਰਾ ਖਿਆਲ 0% ਹੋਏਗਾ ਪੋਣਾ ਵੀਰਾਂ ਵਾਸਤੇ ਮੈਂ ਤੇ ਕਵਾਂਗਾ ਕਿ ਸਤਿਗੁਰੂ ਸਾਰਿਆਂ ਨੂੰ ਹੀ ਸਾਨੂੰ ਸਮਤ ਬਖਸ਼ਣ ਗਲਤੀਆਂ ਹਰ ਬੰਦੇ ਕੋਲੋਂ ਹੁੰਦੀਆਂ ਨੇ ਸ਼ਾਇਦ ਸਾਡੇ ਕੋਲੋਂ ਵੀ ਅਣਜਾਣੇ ਅਣਜਾਣੇ ਵਿੱਚ ਹੋਈ ਹੋਵੇ ਪਰ ਸੱਚ ਇਹ ਹੈ ਵੀ ਪਹਿਲੀ ਗੱਲ ਤੇ ਸਾਨੂੰ ਆਪਣੀ ਲੈਂਗੁਏਜ ਨੂੰ ਸੰਭਾਲਣੀ ਚਾਹੀਦੀ ਹੈ ਆਪਣੀ ਬੋਲੀ ਨੂੰ ਸੰਭਾਲਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹਕੀਕਤ ਸਮਝਣੀ ਚਾਹੀਦੀ ਹੈ ਹਕੀਕਤ ਸਮਝਣ ਤੋਂ ਬਾਅਦ ਸਾਨੂੰ ਕੋਈ ਨਾ ਕੋਈ ਗੱਲ ਅੱਗੇ ਕਿਸੇ ਨੂੰ ਕਹਿਣ ਦਾ ਹੱਕ ਹੈ ਵੈਸੇ ਤੇ ਮੈਂ ਸਮਝਦਾ ਕਿ ਹੱਕ ਜਿਹੜਾ ਹੈ ਕੌਮ ਨੇ ਹਰ ਫੇਸਬੁਕ ਯੂਜ਼ ਕਰਨ ਵਾਲੇ ਨੂੰ ਦਿੱਤਾ ਹੋਇਆ ਕਿ ਤੂੰ ਜੋ ਮਰਜ਼ੀ ਕਹੀ ਜਾ ਪਰ ਚਲੋ ਖੈਰ ਮੈਂ ਹੁਣ ਆਪਣੇ ਵਿਸ਼ੇ ਵੱਲ ਆਵਾਂ ਇਸ ਤਰ੍ਹਾਂ ਸੀ ਕਿ 2 ਫਰਵਰੀ 2019 ਨੂੰ ਬਾਬਾ ਜੀ ਦਾ ਜਨਮ ਦਿਨ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਕੋਈ ਵੀ ਗੁਰਸਿੱਖ ਜੇ ਆਪਣੇ ਜਨਮ ਦਿਨ ਨੂੰ ਗੁਰੂ ਕੀ ਬਾਣੀ ਪੜ੍ਹ ਕੇ ਗੁਰੂ ਦਾ ਕੀਰਤਨ ਕਰਵਾ ਕੇ ਕਰਾਂਦਾ ਹੈ ਉਹਦੇ ਵਿੱਚ ਮੇਰੇ ਖਿਆਲ ਵਿੱਚ ਜਨਮ ਦਿਨ ਮਨਾਣਾ ਕੋਈ ਹਰਜ ਨਹੀਂ ਹੈ ਬਿਲਕੁਲ ਜੀ ਜੀ ਉਹ ਆਪਣੇ ਜਨਮ ਦਿਨ ਨੂੰ ਬਾਣੀ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਕਾਰ ਰਾਹੀਂ ਗੁਰੂ ਦੀ ਸਿੱਖਿਆ ਰਾਹੀਂ ਮਨਾਉਂਦੇ ਨੇ ਤੇ ਇਹਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਉੱਥੇ ਜਾ ਕੇ ਕੀਰਤਨ ਕਰਨ ਵਾਸਤੇ ਮੁੱਦਾ ਇਹ ਹੋਇਆ ਕਿ ਵੀਡੀਓ ਵਾਇਰਲ ਹੋਈ ਕਿ ਕੁਰਸੀ ਤੇ ਬਿਠਾ ਕੇ ਤੇ ਬਾਬਾ ਜੀ ਨੂੰ ਉਹਨਾਂ ਪ੍ਰੇਮੀਆਂ ਨੇ ਉਹਨਾਂ ਨੇ ਉਹਨਾਂ ਦੇ ਜਿਹੜੇ ਪ੍ਰੇਮੀ ਵੀ ਨਹੀਂ ਕਿਹਾ ਜਾ ਸਕਦਾ ਉਹਨਾਂ ਦੇ ਆਪਣੇ ਰਿਸ਼ਤੇਦਾਰ ਉਹਨਾਂ ਦੇ ਦਮਾਨ ਉਹਨਾਂ ਦੇ ਪਰਿਵਾਰ ਦੇ ਪਰਿਵਾਰਕ ਰਿਸ਼ਤੇਦਾਰ ਪਰਿਵਾਰਕ ਰਿਸ਼ਤੇਦਾਰ ਸੀ ਉਹਨਾਂ ਨੇ ਸਤਕਾਰ ਦਿੱਤਾ ਸੋ ਪਹਿਲੀ ਗੱਲ ਸਾਧ ਸੰਗਤ ਜੀ ਉਹ ਪਾਲਕੀ ਨਹੀਂ ਸੀ ਉਹ ਇੱਕ ਕੁਰਸੀ ਸੀ ਕੁਰਸੀ ਸੀ ਉਹ ਕੁਰਸੀ ਜਿਹੜੀ ਸੀ ਪਾਲਕੀ ਜਿਸ ਤਰ੍ਹਾਂ ਫੈਲਾਈ ਗਈ ਖਬਰ ਕਿ ਉਹ ਸੋਨੇ ਦੀ ਸੀ ਉਹ ਸੋਨੇ ਦੀ ਨਹੀਂ ਸੀ ਉਹ ਲੱਕੜ ਦੀ ਤੇ ਫੋਮ ਦੀ ਬਣੀ ਹੋਈ ਲੱਕੜ ਤੇ ਥਰਮੋਕੋਲ ਦੀ ਥਰਮੋਕੋਲ ਦੀ ਬਣੀ ਹੋਈ ਇੱਕ ਕੁਰਸੀ ਸੀ ਉਸ ਕੁਰਸੀ ਨੂੰ ਜਿਸ ਤਰ੍ਹਾਂ ਮੈਂ ਹੁਣੇ ਵੀ ਵੀਰ ਜੀ ਨਾਲ ਗੱਲ ਕਰ ਰਿਹਾ ਸੀਗਾ థਾਈਲੈਂਡ ਇੱਕ ਸਪੈਸ਼ਲ ਪੇਂਟ ਹੈ ਉਹ ਪੇਂਟ ਕਿਸੇ ਵੀ ਲੱਕੜ ਤੇ ਕਰਦੇ ਹੋ ਇਸ ਤਰ੍ਹਾਂ ਪ੍ਰਤੀਤ ਹੁੰਦਾ ਵੀ ਜਿਵੇਂ ਇਹ ਸੋਨੇ ਦੀ ਬਣੀ ਹੁੰਦੀ ਹੈ ਉਹ ਲੋਕਾਂ ਨੇ ਰੌਲਾ ਪਾ ਦਿੱਤਾ ਜੀ ਸੋਨੇ ਦੀ ਪਾਲਕੀ ਚ ਬੈਠ ਕੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਏ ਪਰ ਸਾਧ ਸੰਗਤ ਅਸਲੀਅਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਉੱਥੇ ਨਹੀਂ ਸੀ ਸਾਰੀ ਸਮਾਪਤੀ ਗੁਰਦੁਆਰਾ ਸਾਹਿਬ ਵੱਖਰੀ ਹੋ ਚੁੱਕੀ ਸੀ ਸਮਾਪਤੀ ਤੋਂ ਬਾਅਦ ਉਹਨਾਂ ਨੇ ਸਿਰਫ ਜਿਸ ਤਰ੍ਹਾਂ ਕਿ THAILAND ਦਾ ਇੱਕ ਟ੍ਰੈਡੀਸ਼ਨ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕਈ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਵੇਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਕਈ ਕਈ ਵਾਰੀ ਨਗਰ ਕੀਰਤਨਾ ਵਿੱਚ ਸਤਕਾਰ ਦੇਣ ਵਾਸਤੇ ਉਹਨੂੰ ਹਾਥੀ ਤੇ ਬਿਠਾ ਦਿੱਤਾ ਜਾਂਦਾ ਬਿਲਕੁਲ ਜੀ ਹੁਣ ਹਾਥੀ ਤੇ ਬਿਠਾ ਕੇ ਕਿਸੇ ਬੰਦੇ ਨੂੰ ਤੁਸੀਂ ਇੰਗਲੈਂਡ ਵਰਗੇ ਅਮਰੀਕਾ ਵਰਗੇ ਕੈਨੇਡਾ ਵਰਗੇ ਜਾਂ ਕਿਸੇ ਵੀ ਬਾਹਰਲੇ ਮੁਲਕ ਵਿੱਚ ਘੁਮਾਓਗੇ ਤੇ ਲੋਕ ਵੇਖ ਕੇ ਥੋੜੇ ਹੈਰਾਨ ਹੋਣਗੇ ਕਿ ਇਹ ਕੀ ਹੈ ਪਰ ਸਾਨੂੰ ਪਤਾ ਹੈ ਕਿ ਸਾਡਾ ਟ੍ਰੈਡੀਸ਼ਨ ਹੈ ਅਸੀਂ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੁੰਦਾ ਇਸੇ ਤਰ੍ਹਾਂ ਥਾਈਲੈਂਡ ਦਾ ਟ੍ਰੈਡੀਸ਼ਨ ਹੈ ਕਿ ਆਪਣੇ ਮਾਪੇ-ਬਾਪ ਨੂੰ ਜਾਂ ਵੱਡਿਆਂ ਨੂੰ ਜਦੋਂ ਸਤਿਕਾਰ ਦਿੰਦੇ ਨੇ ਉਹਨਾਂ ਨੂੰ ਮੋਢੇ ਤੇ ਚੁੱਕਦੇ ਮੋਢੇ ਤੇ ਚੁੱਕਦੇ ਮੋਢੇ ਤੇ ਚੁੱਕਦੇ ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਇੱਕ ਟ੍ਰੈਡੀਸ਼ਨ ਨਿਭਾਉਂਦਿਆਂ ਜਾਂ ਥਾਈ ਲੋਕਾਂ ਦੀ ਵੀ ਉੱਥੇ ਹਾਜ਼ਰੀ ਸੀ ਉਹਨਾਂ ਨੂੰ ਵੀ ਦਿਖਾਉਣ ਵਾਸਤੇ ਕਿ ਅਸੀਂ ਆਪਣੇ ਸੰਤਾਂ ਮਹਾਂਪੁਰਖਾਂ ਦਾ ਸਤਿਕਾਰ ਇਸ ਤਰ੍ਹਾਂ ਕਰਦੇ ਹਾਂ ਉਹਨਾਂ ਨੇ ਬਾਬਾ ਜੀ ਨੂੰ ਸਿਰਫ ਇੱਕ ਡੇਢ ਮਿੰਟ ਵਾਸਤੇ ਆਪਣੇ ਮੋਢੇ ਤੇ ਚੁੱਕ ਕੇ ਉਸ ਘਰ ਤੋਂ ਸਿਰਫ ਉਸ ਜਗ੍ਹਾ ਤੇ ਲੈ ਕੇ ਆਂਦਾ ਜਿੱਥੇ ਉਹਨਾਂ ਨੇ ਬੱਚਿਆਂ ਵਾਸਤੇ ਕੇਕ ਰੱਖਿਆ ਹੋਇਆ ਸੀ ਬਿਲਕੁਲ ਜੀ ਔਰ ਕਿਉਂਕਿ ਬਾਬਾ ਜੀ ਇਸ ਤਰ੍ਹਾਂ ਦੇ 100 150 ਮੀਟਰ ਵੀ ਨਹੀਂ ਸੀਗਾ 100 ਮੀਟਰ ਵੀ ਨਹੀਂ ਸੀਗਾ 100 ਮੀਟਰ ਵੀ ਨਹੀਂ ਸੀ 100 ਮੀਟਰ ਵੀ ਨਹੀਂ ਸੀ ਮੁਸ਼ਕਲ ਨਾਲ 50 60 ਮੀਟਰ ਹੋਏਗਾ 100 ਮੀਟਰ ਵੀ ਨਹੀਂ ਸੀ ਬਾਬਾ ਜੀ ਐਸੀ ਭੋਲੀ ਰੂਹ ਔਰ ਐਸੀ ਗੁਰਮੁਖ ਰੂਹ ਕੇ ਉਹਨਾਂ ਨੂੰ ਕੇਕ ਕੱਟਣ ਤੱਕ ਦਾ ਵੀ ਨਹੀਂ ਸੀ ਪਤਾ ਉਹਨਾਂ ਨੇ ਬਲਕਿ ਬੱਚਿਆਂ ਨੂੰ ਅੱਗੇ ਕੀਤਾ ਆ ਕੇ ਕੇਕ ਕੱਟੋ ਜਾਂ ਜਿਸ ਤਰ੍ਹਾਂ ਵੀ ਇਹ ਕੁਰਸੀ ਵਾਲਾ ਵੀ ਜੀ ਸਰਪ੍ਰਾਈਜ਼ ਸੀ ਕੁਰਸੀ ਵਾਲਾ ਸਰਪ੍ਰਾਈਜ਼ ਸੀ ਬਾਬਾ ਜੀ ਨੂੰ ਜਸਟ ਪਹਿਲਾਂ ਉਹਨਾਂ ਨੂੰ ਆ ਕੇ ਦੱਸਿਆ ਗਿਆ ਵੀ ਤੁਸੀਂ ਇੱਥੋਂ ਬਾਹਰ ਜਾਣਾ ਤੇ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈਗਾ ਪਰਿਵਾਰ ਵੱਲੋਂ ਉਹਨਾਂ ਨੂੰ ਆਪ ਨੂੰ ਵੀ ਨਹੀਂ ਸੀ ਪ ਸੋ ਮੇਨ ਗੱਲ ਇਹ ਹੈ ਕਿ ਸਾਧ ਸੰਗਤ ਜੀ ਉਹ ਇੱਕ ਕੁਰਸੀ ਸੀ ਪਾਲਕੀ ਨਹੀਂ ਸੀ ਉਹ ਸੋਨੇ ਦੀ ਵੀ ਨਹੀਂ ਸੀ ਸਿਰਫ ਲੱਕੜ ਦੀ ਤੇ ਥਰਮੋਕੋਲ ਦੀ ਬਣੀ ਹੋਈ ਇੱਕ ਕੁਰਸੀ ਸੀ ਉਹਨਾਂ ਨੇ ਇੱਕ ਡੇਢ ਮਿੰਟ ਵਾਸਤੇ ਉਹ ਆਪਣੀ ਕੈਲੋ ਟ੍ਰੈਡੀਸ਼ਨ ਪੂਰਾ ਕਰਕੇ ਬਾਬਾ ਜੀ ਨੂੰ ਉਸ ਜਗ੍ਹਾ ਤੇ ਲੈ ਕੇ ਆਏ ਦੂਸਰਾ ਸਵਾਲ ਅ ਸੰਗਤ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਾਬਾ ਜੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਾਕ ਕਰਦੇ ਸੀ ਕੀਰਤਨ ਦੇ ਦੌਰਾਨ ਅੱਛਾ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਮੈਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਜੀ ਤੁਸੀਂ ਭਗਤਾਂ ਕੀ ਤੇਕ ਤੂੰ ਸੰਤਾਂ ਕੀ ਓਟ ਤੂੰ ਸ਼ਬਦ ਪੜ੍ਹਦੇ ਸੀ ਤੁਸੀਂ ਉਹ ਸ਼ਬਦ ਗੁਰਬਾਣੀ ਦਾ ਕਿਸੇ ਸੰਤ ਤੇ ਕਿਉਂ ਟੁਕਾ ਕੇ ਪੜ੍ਹ ਰਹੇ ਹੋ ਸਾਧ ਸੰਗਤ ਮੈਂ ਪਹਿਲਾਂ ਤੇ ਅਰਥ ਸਪਸ਼ਟ ਕਰਦੇ ਆਂ ਵੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਸਾਬ ਜੀ ਕਹਿ ਰਹੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਭਗਤਾਂ ਦਾ ਆਸਰਾ ਹੈ ਤੇ ਤੂੰ ਭਗਤਾਂ ਦੀ ਸੰਤਾਂ ਦਾ ਸਹਾਰਾ ਹੈ ਜੇ ਇੱਕ ਸੰਤ ਸਾਹਮਣੇ ਬੈਠਾ ਹੋਇਆ ਮੈਂ ਸੰਤ ਨੂੰ ਆਖਾਂਗਾ ਕਿ ਤੂੰ ਸੰਤ ਦਾ ਸਹਾਰਾ ਬਿਲਕੁਲ ਜੀ ਉਸ ਸ਼ਬਦ ਸੰਬੋਧਨ ਇਹ ਅਕਾਲ ਪੁਰਖ ਨੂੰ ਹੈ ਸ਼ਬਦ ਸੰਬੋਧਨ ਅਕਾਲ ਪੁਰਖ ਨੂੰ ਹੈ ਬਿਲਕੁਲ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਿ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਗੁਰਮਖੋ ਜੇ ਇਸ ਤਰ੍ਹਾਂ ਬਾਣੀ ਦੀਆਂ ਟੁਕਾਂ ਨੂੰ ਲੈ ਕੇ ਕਿਸੇ ਬੰਦੇ ਨਾਲ ਜੋੜਨਾ ਸ਼ੁਰੂ ਕਰਾਂਗੇ ਤੇ ਮਾਫ ਕਰਨਾ ਫਿਰ ਤੇ ਇਸ ਤਰ੍ਹਾਂ ਹੋ ਜਾਏਗਾ ਕਿ ਅਸੀਂ ਆਪਣੇ ਘਰਾਂ ਵਿੱਚ ਪੂਤਾ ਮਾਤਾ ਕੀ ਅਸੀ ਸ਼ਬਦ ਪੜਦੇ ਆ ਉਹ ਵੀ ਕਿਸੇ ਪਾਸੇ ਉਹ ਨਹੀਂ ਟੁਕਦਾ ਲੱਖ ਖੁਸ਼ੀਆਂ ਸ਼ਬਦ ਪੜਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਉਹ ਵੀ ਕਿਸੇ ਪਾਸੇ ਉਹ ਨਹੀਂ ਟੁਕਦਾ ਕਿਸੇ ਪਾਸੇ ਉਹ ਨਹੀਂ ਟੁਕਦਾ ਬਿਲਕੁਲ ਜੀ ਮਰ ਤੱਕ ਦੇ ਜਿੰਨੇ ਸ਼ਬਦ ਅਸੀਂ ਪ੍ਰਾਨੀ ਵਾਸਤੇ ਪੜਦੇ ਆ ਵੀ ਆਪ ਕੀ ਬਾਰ ਬਖਸ਼ ਬੰਦੇ ਕੋ ਉਹ ਕਿਸੇ ਪਾਸਿਓ ਵੀ ਉਸ ਟਾਪਿਕ ਤੇ ਨਹੀਂ ਟੁਕਦਾ ਬਿਲਕੁਲ ਸਹੀ ਗੱਲ ਮੈਨੂੰ ਮਾਫ ਕਰਨਾ ਪਰ ਉਹ ਸ਼ਬਦ ਪੜੇ ਜਾਂਦੇ ਨੇ ਕਦੀ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕਈ ਕਦੀ ਕਿਸੇ ਨੇ ਨਹੀਂ ਕੀਤਾ ਪਰ ਇਹ ਆ ਕਿ ਫੇਸਬੁੱਕ ਵਾਲੀ ਜਿਹੜੀ ਸਾਡੀ ਕੌਮ ਹੈ ਉਹਨਾਂ ਦਾ ਜੋਰ ਸਾਡਾ ਰਾਗੀ ਸਿੰਘਾਂ ਤੇ ਚੱਲ ਜਾਂਦਾ ਬਿਲਕੁਲ ਰਾਗੀ ਸਿੰਘਾਂ ਨੂੰ ਗਾਲਾਂ ਕੱਢਣੀਆਂ ਸੌਖੀਆਂ ਐ ਕਿਉਂਕਿ ਉਹਨਾਂ ਨੇ ਅੱਗੋਂ ਕੁਝ ਬੋਲਣਾ ਨਾ ਕੋਈ ਐਕਸ਼ਨ ਲੈਣਾ ਸਾਡਾ ਕੋਣ ਕੋਈ ਸਾਡਾ ਮਾਈ ਬਾਪ ਥੋੜੀ ਐ ਕੋਈ ਹਨਾ ਜੀ ਸੋ ਉਹਨਾਂ ਨੇ ਇਹ ਕਿਹਾ ਜੀ ਕਿ ਤੁਸੀਂ ਉੱਥੇ ਸ਼ਬਦ ਪੜਿਆ ਤੇ ਬਾਬਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਾਕ ਕਰ ਰਹੇ ਸੀ ਸਾਧ ਸੰਗਤ ਬਾਬਾ ਜੀ ਦਾ ਹੁਣੇ 3-4 ਮਹੀਨੇ ਪਹਿਲਾਂ ਬਹੁਤ ਹੀ ਜ਼ਿਆਦਾ ਪ੍ਰੋਬਲਮ ਉਹਨਾਂ ਨੂੰ ਬੈਕ ਦੀ ਹੋ ਗਈ ਸੀ ਜਿੱਦੇ ਕਰਕੇ ਉਹਨਾਂ ਦੀ ਰੀਡ ਦੀ ਹੱਡੀ ਦਾ ਆਪਰੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਡਾਕਟਰ ਨੇ ਉਹਨਾਂ ਨੂੰ ਬੈਠਣ ਤੋਂ ਸਖਤ ਮਨਾ ਕੀਤਾ ਕਿ ਤੁਸੀਂ ਨਹੀਂ ਬੈਠ ਸਕਦੇ ਪਰ ਉਹਨਾਂ ਦਾ ਈਸ਼ਕ ਕੀਰਤਨ ਨਾਲ ਐਸਾ ਉਹਨਾਂ ਦਾ ਪਿਆਰ ਬਾਣੀ ਨਾਲ ਐਸਾ ਜੀ ਆਪਰੇਸ਼ਨ ਵੀ ਜਿਹੜਾ ਹੋਇਆ ਉਹਦੇ ਉਹਨਾਂ ਦੀ ਆਪਣਾ ਆਪਰੇਸ਼ਨ ਦਾ ਕਾਰਨ ਵੀ ਉਹਨਾਂ ਦਾ ਜ਼ਿਆਦਾ ਬੈਠਕ ਸੀ ਜ਼ਿਆਦਾ ਬੈਠਕ ਕਿ ਕੀਰਤਨ ਦੇ ਵਿੱਚ ਜ਼ਿਆਦਾ ਕਿਉਂਕਿ 8-8 10-10 ਘੰਟੇ ਦੀ ਉਹਨਾਂ ਦੀ ਬੈਠਕ ਸੀ ਉਹਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਹੋ ਗਈ ਮੈਂ ਇੱਥੇ ਬੇਨਤੀ ਕਰਾਂ ਵੀਰ ਜੀ ਆਪਾਂ ਪਿਪਲੀ ਵੀ ਜਾਂਦੇ ਆ 70 70 ਜਥੇ 70 70 80 80 ਜਥੇ ਇੱਕ ਬੰਦਾ ਬੈਠ ਕੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੋਈ ਬੈਠ ਕੇ ਸੁਣ ਕੇ ਦਿਖਾਵੇ ਵੀਰ ਜੀ ਇਹ ਮੁਸ਼ਕਲ ਬਾਤ ਹੈ ਇਹ ਮੁਸ਼ਕਲ ਬਾਤ ਹੈ ਕਿ 70 ਜਥਿਆਂ ਨੂੰ ਸੁੰਨਾ ਫਿਰ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਨੂੰ ਸਰਦੀ ਪੁੱਜ ਦੀ ਭੇਟਾ ਦੇ ਕੇ ਉਹਨਾਂ ਨੂੰ ਖੁਸ਼ ਕਰਕੇ ਤੋੜਨਾ ਉੱਥੇ ਵੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ 6 ਦਿਨ ਦਾ ਸਮਾਗਮ ਸੀ ਸਵੇਰੇ ਸ਼ਾਮ 6-6 ਘੰਟੇ ਕੀਰਤਨ ਹੁੰਦਾ ਰਿਹਾ ਲਗਭਗ 6 ਤੋਂ ਲੈ ਕੇ 12 ਵਜੇ ਤੱਕ ਸ਼ਾਮ ਨੂੰ ਵੀ ਲਗਭਗ 6 ਵਜੇ ਤੋਂ ਲੈ ਕੇ 12-12 ਵਜੇ ਤੱਕ ਕੀਰਤਨ ਹੁੰਦਾ ਰਿਹਾ ਮੇਰਾ ਖਿਆਲ ਸਾਥ ਸੰਗਤ ਜਿਹੜੀ ਮੇਰੀ ਫੇਸਬੁੱਕ ਵਾਲੀ ਕੌਮ ਹੈ ਉਹਨੂੰ ਇਹ ਨਜ਼ਰ ਨਹੀਂ ਆਇਆ ਕਿ ਬਾਬਾ ਜੀ 12 ਘੰਟੇ ਦਿਹਾੜੀ ਦੇ ਬੈਠ ਕੇ ਕੀਰਤਨ ਸੁਣ ਰਹੇ ਨੇ ਬਿਲਕੁਲ ਜੀ ਔਰ ਉਹ ਸੰਗਤ ਵੀ دیਵਾਨਿਆਂ ਵਾਂਗ ਕੀਰਤਨ ਸੁਣ ਰਹੀ ਹੈ ਸਿਰਫ ਇੱਕ ਡੇਢ ਮਿੰਟ ਦੀ ਕੁਰਸੀ ਤੇ ਬੈਠ ਕੇ ਚੜਦਾ ਨਜ਼ਰ ਆ ਗਿਆ ਸੋ ਖੈਰ ਮੈਂ ਉਸ ਪਾਸੇ ਆਵਾਂ ਕਿ ਬਾਬਾ ਜੀ ਦੀ ਕਮਰ ਦਾ ਬੈਕ ਦੀ ਹੱਡੀ ਦਾ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਇਆ ਸੀ ਜਿੱਦੇ ਕਰਕੇ ਡਾਕਟਰ ਦੀ ਹਿਦਾਇਤ ਸੀ ਕਿ ਤੁਸੀਂ ਬੈਠ ਨਹੀਂ ਸਕਦੇ ਜੇ ਬੈਠੋ ਵੀ ਤੇ ਕੋਸ਼ਿਸ਼ ਕਰੋ ਕਿ 5-7 10 ਮਿੰਟ ਬਾਅਦ ਤੁਸੀਂ 5-7 10 ਮਿੰਟ ਵਾਕ ਕਰਕੇ ਜਾਂ ਆਪਣੀਆਂ ਲੱਤਾਂ ਸਿੱਧੀਆਂ ਕਰਕੇ ਇੱਕ ਬਜ਼ੁਰਗ ਬੰਦਾ ਇੱਕ ਬਜ਼ੁਰਗ ਬੰਦਾ ਬੈਠ ਕੇ ਲੰਮੀ ਧੀਰ ਚੌਂਕੜੀ ਮਾਰ ਕੇ ਕੀਰਤਨ ਸੁਣ ਰਿਹਾ ਹੈ ਤੇ ਜੇ ਉਹ ਆਪਣੇ ਸਰੀਰ ਦੀ ਸਹੂਲਤ ਵਾਸਤੇ 2 ਮਿੰਟ ਉੱਥੇ ਆਪਣੀਆਂ ਲੱਤਾਂ ਲੱਤਾਂ ਸਿੱਧੀਆਂ ਕਰਨ ਵਾਸਤੇ ਖੜ੍ਹਾ ਹੈ ਤੇ ਇਹਦੇ ਵਿੱਚ ਕਿਹੜਾ ਗੁਨਾਹ ਹੈ ਸਾਧ ਸੰਗਤ ਜੀ ਜੇ ਗੁਨਾਹ ਹੈ ਤੇ ਫਿਰ ਮੇਰੇ ਹਿਸਾਬ ਦੇ ਨਾਲ ਦੁਨੀਆ ਪਰ ਦੇ 98% ਗੁਰਦੁਆਰਿਆਂ ਵਿੱਚੋਂ ਕੀਰਤਨ ਖਤਮ ਹੋ ਜਾਣਾ ਚਾਹੀਦਾ ਕਿਉਂਕਿ ਹਰ ਇੱਕ ਜਗ੍ਹਾ ਕੁਰਸੀਆਂ ਲੱਗੀਆਂ ਜੀ ਜਿਹੜੇ ਨਹੀਂ ਬੈਠ ਨਹੀਂ ਬੈਠ ਸਕਦੇ ਉਹਨਾਂ ਵਾਸਤੇ ਕੁਰਸੀਆਂ ਲੱਗੀਆਂ ਹੋਈਆਂ ਨੇ ਔਰ ਸੰਗਤ ਕੁਰਸੀਆਂ ਤੇ ਬੈਠ ਕੇ ਕੀਰਤਨ ਸੁਣਦੀ ਏ ਇੱਥੇ ਮੈਂ ਇੱਕ ਗੱਲ ਹੋਰ ਸਾਂਝੀ ਕਰਾਂ ਮਸਲਾ ਇਹ ਨਹੀਂ ਕਿ ਅਸੀਂ ਕਿਸ ਪੋਜੀਸ਼ਨ ਵਿੱਚ ਕਿਸ ਉਹਦੇ ਵਿੱਚ ਬੈਠ ਕੇ ਸੁਣਦੇ ਹਾਂ ਗੁਰੂ ਘਰ ਦੀ ਮਰਿਆਦਾ ਜ਼ਰੂਰ ਹੈ ਕਿ ਚੌਂਕੜਾ ਮਾਰ ਕੇ ਆਪਾਂ ਬੈਠ ਕੇ ਆਨੰਦ ਨਾਲ ਕੀਰਤਨ ਸੁਣਦੇ ਹਾਂ ਪਰ ਉਹਦੇ ਨਾਲੋਂ ਜ਼ਿਆਦਾ ਵੱਡਾ ਮਸਲਾ ਇਹ ਹੈ ਕਿ ਸਾਡੇ ਕੰਨ ਸ਼ਬਦ ਸੁਣਨ ਵਾਸਤੇ ਜੁੜੇ ਹੋਏ ਨੇ ਕਿ ਨਹੀਂ ਬਿਲਕੁਲ ਜੇ ਅਸੀਂ ਕੰਨਾਂ ਨਾਲ ਬਾਣੀ ਸੁਣਦੇ ਹਾਂ ਉਹਨੂੰ ਵਿਚਾਰੀਏ ਸਮਝੀਏ ਤੇ ਉਸ ਤੋਂ ਬਾਅਦ ਉਹਦੇ ਤੇ ਅਮਲ ਕਰਕੇ ਜ਼ਿੰਦਗੀ ਜੀਏ ਸਾਥ ਸੰਗਤ ਅਸੀਂ ਉੱਥੇ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਉਹ ਬਾਣੀ ਸਿਰਫ ਸੁਣਦੇ ਨਹੀਂ ਉਸ ਬਾਣੀ ਨੂੰ ਜਿੰਦੇ ਨੇ ਜਿੰਦੇ ਨੇ ਉਸ ਬਾਣੀ ਨੂੰ ਜਿੰਦੇ ਨੇ ਕਿਉਂਕਿ ਅਸੀਂ ਲਾਗੇ ਹੋ ਕੇ ਵੇਖਿਆ ਅੱਛਾ ਪਰ ਮਹਾਰਾ ਬਾਬਾ ਜੀ ਜਦੋਂ ਆਪਣਾ ਜੇ ਬਾਣੀ ਦੇ ਸਤਕਾਰ ਦੀ ਬਾਤ ਕਰੀਏ ਤੇ ਉਹਨਾਂ ਦੇ ਆਪਣੇ ਬੇਟਾ ਜਦੋਂ ਕੀਰਤਨ ਨਿਰਮਲ ਜੀ ਕਰ ਰਹੇ ਸੀਗੇ ਲਾਂਵਾਂ ਦੁਲਾਵਾਂ ਪਿੱਛੇ ਸਾਹਮਣੇ ਮੈਨਾਂ ਥਾਈਲੈਂਡ ਦੇ ਐਮਬੈਸਡਰ ਬੈਠੇ ਸਨ ਪੁਲਿਸ ਦੇ ਅਧਿਕਾਰੀ ਬੈਠੇ ਸਨ ਹੋਰ ਕਈ ਵੱਡੇ ਲੋਕ ਬੈਠੇ ਸਨ ਉਹਨਾਂ ਤੋਂ ਲਾਂਵ ਦੁਲਾਵਾਂ ਦੀ ਗਲਤੀ ਹੋਈ ਤੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਉਹਨਾਂ ਨੂੰ ਅੜਕਾਇਆ ਛਿੜਕਿਆ ਲਾਈਵ ਉਹ ਤੇ ਕਿਸੇ ਨੇ ਨਹੀਂ ਦਿਖਾਇਆ ਕਿ ਗੁਰਬਾਣੀ ਦੇ ਸਤਕਾਰ ਵਜੋਂ ਆਪਣੇ ਬੇਟੇ ਨੂੰ ਸਾਰੇ ਅਫਸਰਾਂ ਦੇ ਸਾਹਮਣੇ ਛਿੜਕ ਰਿਹਾ ਕਿ ਇਹ ਲਾਹ ਦੁਲਾ ਏਦਾਂ ਨਹੀਂ ਪੜਨੀ ਲਫਜ਼ ਏਦਾਂ ਨਹੀਂ ਪੜਨਾ ਮਤਲਬ ਅੱਤ ਦਾ ਸਤਕਾਰ ਉਥੇ ਆਪਣੇ ਮੈਂ ਇੱਕ ਗੱਲ ਵੀਰ ਜੀ ਹੋਰ ਇੱਥੇ ਸਾਂਝੀ ਕਰਾਂਗਾ ਸਾਡੀ ਜਿੰਨਾ ਚਿਰ ਵਿਚਰਦੇ ਆਪਾਂ ਨੂੰ ਹੋ ਗਿਆ ਇਹ ਵੇਖਿਆ ਕਿ ਜਦੋਂ ਸੰਤਾਂ ਦਾ ਜਾਂ ਸਾਧੂਆਂ ਦਾ ਜਾਂ ਡੇਰਿਆਂ ਦਾ ਨਾਂ ਆਂਦਾ ਹੈ ਉਦੋਂ ਇੱਕ ਬੜੀ ਇੱਕ ਸੋਚ ਸਾਡੇ ਮਨ ਵਿੱਚ ਇੱਕ ਦਮ ਉੱਠਦੀ ਹੈ ਕਿ ਸੰਤਾਂ ਦੇ ਡੇਰਿਆਂ ਤੇ ਸਾਧਾਂ ਦੇ ਡੇਰਿਆਂ ਤੇ ਇਸ ਤਰ੍ਹਾਂ ਜੀ ਭੋਲੇ-ਭਾਲੇ ਲੋਕਾਂ ਨੂੰ ਬੇਫਕੂਫ ਬਣਾ ਕੇ ਉਹਨਾਂ ਕੋਲੋਂ ਪੈਸੇ ਲਏ ਜਾਂਦੇ ਪੈਸੇ ਠੱਗੇ ਜਾਂਦੇ ਬਿਲਕੁਲ ਜੀ ਪਰ ਮੈਂ ਇੱਕ ਗੱਲ ਸਾਥ ਸੰਗਤ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇੱਥੇ ਕੰਮ ਬਿਲਕੁਲ ਉਲਟ ਬਿਲਕੁਲ ਇੱਥੇ ਠੱਗਿਆ ਨਹੀਂ ਜਾਂਦਾ ਇੱਥੇ ਬਲਕਿ ਆਪਣੇ ਕੋਲੋਂ ਮਾਇਆ ਖਰਚ ਕੇ ਸੰਗਤ ਨੂੰ ਨਾਲ ਜੋੜਿਆ ਜਾਂਦਾ ਜਿਸ ਸੰਗਤ ਦੀ ਮੈਂ ਗੱਲ ਕਰ ਰਿਹਾ ਮਹਾਰਾਜਾ ਗਾਰਡਨ ਸਿਟੀ ਤੇ ਉਹਨਾਂ ਦੀ ਮੋਸਟਲੀ ਸੰਗਤ ਜਿਹੜੀ ਕਿਸੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਹੈ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਸਕਦੇ ਨੇ ਸਾਰੇ ਕੀਰਤਨ ਕਰ ਸਕਦੇ ਸਾਰੇ ਅਭਲਾ ਵਜਾ ਸਕਦੇ ਅਰਦਾਸ ਮਾਰੇ ਦੇ ਸੁਖਾਸਨ ਦੀ ਸੇਵਾ ਸਾਰਿਆਂ ਬੱਚਿਆਂ ਨੂੰ ਸਿਖਾਉਂਦੇ ਸਾਤ ਸੰਗਤ ਜੇ ਕੋਈ ਮਾਫ ਕਰਨਾ ਅਸੀਂ ਇੱਥੇ ਦੇ ਵੀ ਸੰਤ ਵੇਖੀਦੇ ਨੇ ਜਿਹੜੇ ਤੁਹਾਨੂੰ ਸਮੋਸੇ ਖਵਾ ਕੇ ਰਾਜੀ ਕਰ ਦਿੰਦੇ ਨੇ ਜਲੇਬੀਆਂ ਖਵਾ ਕੇ ਰਾਜੀ ਕਰ ਦਿੰਦੇ ਪਰ ਸਾਨੂੰ ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਜ਼ਰ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹ ਸਾਰਾ ਕੁਝ ਕਰ ਰਹੇ ਨੇ ਸੋ ਮੇਰੀ ਬੇਨਤੀ ਹੈ ਸਾਥ ਸੰਗਤ ਕਿ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੇ ਕੋਈ ਕੀਰਤਨ ਦੇ ਦੌਰਾਨ ਆਪਣੀ ਸਰੀਰਕ ਮਜਬੂਰੀ ਕਰਕੇ ਉੱਠ ਕੇ ਖੜਾ ਹੋ ਕੇ ਆਪਣੀਆਂ ਲੱਤਾਂ ਸਿੱਧੀਆਂ ਕਰ ਰਿਹਾ ਹੈ ਜਾਂ ਆਪਣੇ ਸਰੀਰ ਨੂੰ ਥੋੜਾ ਜਿਹਾ ਰਿਲੈਕਸੇਸ਼ਨ ਵਾਸਤੇ ਖੜਾ ਹੈ ਤੇ ਉਹਦੇ ਵਿੱਚ ਇੰਨਾ ਵੱਡਾ ਮੁੱਦਾ ਆਪਾਂ ਨਾ ਬੜਾਈਏ ਹੂੰ ਇਹਨਾਂ ਵੱਡਾ ਮੁੱਦਾ ਨਾ ਬਣਾਈਏ ਕਿ ਉਹ ਕਿਸੇ ਬੰਦੇ ਦਾ ਭਰੋਸਾ ਹੀ ਉੱਠ ਜਾਏ ਕੌਮ ਤੋਂ ਤੇ ਉਹ ਇਸ ਤਰ੍ਹਾਂ ਦੀ ਸੋਚ ਸੋਚਣ ਲੱਗ ਪੈਣ ਕਿ ਮੈਂ ਇਹੋ ਜੇ ਸਿੱਖਾਂ ਕੋਲੋਂ ਕੀ ਲੈਣਾ ਬਿਲਕੁਲ ਜੀ ਸਾਥ ਸੰਗਤ ਜੀ ਬਹੁਤ ਸਾਰੇ ਮੇਰੀ ਫੇਸਬੁੱਕ ਚਲਾਉਣ ਵਾਲੇ ਕੌਮ ਦੇ ਜਿਹੜੇ ਠੇਕੇਦਾਰ ਨੇ ਧਰਮ ਦੇ ਠੇਕੇਦਾਰ ਉਹ ਉਹਨਾਂ ਦਾ ਇਤਰਾਜ਼ ਸੀ ਕਿ ਤੁਸੀਂ ਆਪਣੀ ਜ਼ਮੀਰ ਨੂੰ ਵੇਚ ਕੇ ਇੱਕ ਚਾਰਚ ਲੜਾਂ ਵਾਸਤੇ ਪੈਸਿਆਂ ਵਾਸਤੇ ਉੱਥੇ ਜਾ ਕੇ ਕੀਰਤਨ ਕਰ ਰਹੇ ਹੋ। ਬਿਲਕੁਲ ਜੀ। ਤੇ ਬੜਿਆਂ ਨੇ ਬਾਣੀ ਦੀਆਂ ਤੁਕਾਂ ਵੀ ਨਾਲ ਜੋੜ ਦਿੱਤੀਆਂ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਾਂ ਧਰਤੀ ਨਾਲ। ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਰੋਟੀਆਂ ਕਾਰਨ ਪੂਰੇ ਤਾਲੀ। ਬਿਲਕੁਲ ਕਿਰਤ ਹੈ ਸਾਡੀ। ਸਾਡੀ ਕਿਰਤ ਹੈ। ਸਾਡੀ ਕਿਰਤ। ਔਰ ਸਾਨੂੰ ਇਸ ਕਿਰਤ ਤੇ ਮਾਣ ਫਖਰ ਹੈ ਕਿ ਸਾਡੀ ਕਿਰਤ ਗੁਰੂ ਨਾਲ ਜੁੜੀ ਹੋਈ ਹੈ। ਗੁਰੂ ਨਾਲ ਜੁੜੀ। ਅਸੀਂ ਭਾਵੇਂ ਝੂਠੇ ਆਂ ਭਾਵੇਂ ਸਾਨੂੰ ਕਹਿ ਲੋ ਵੀ ਅਸੀਂ ਅਸੀਂ ਭਾਂਡੇ ਆਂ ਅਸੀਂ ਨਕਲੀਏ ਆਂ ਅਸੀਂ ਨਕਲ ਕਰ ਪਰ ਸਾਨੂੰ ਆਪਣੀ ਨਕਲ ਤੇ ਵੀ ਮਾਣ ਹੈ ਕਿ ਸਾਨੂੰ ਨਕਲ ਕਰਦਿਆਂ ਨੂੰ ਵੀ ਗੁਰੂ ਨੇ ਆਪਣੇ ਗੱਲ ਨਾਲ ਲਾਇਆ ਬਿਲਕੁਲ ਜੀ ਗੁਰੂ ਜੀ ਬਿਠਾ ਕੇ ਮਾਣ ਬਖਸ਼ਿਆ ਗੁਰੂ ਨੇ ਦੂਸਰੀ ਗੱਲ ਸਾਥ ਸੰਗਤ ਜੀ ਜੇ ਅਸੀਂ ਇੰਨੇ ਵੀ ਜ਼ਮੀਰ ਤੋਂ ਡਿੱਗੇ ਹੋਏ ਨਹੀਂ ਹੈਗੇ ਕੋਈ ਵੀ ਇਨਸਾਨ ਨਹੀਂ ਇਸ ਤਰ੍ਹਾਂ ਦਾ ਹੁੰਦਾ ਵੀ ਜਿਸ ਸਾਹਿਬ ਦਾ ਦਿੱਤਾ ਹੋਇਆ ਕੋਈ ਖਾਵੇ ਤੇ ਉਸ ਸਾਹਿਬ ਦੀ ਨਰਾਦਰੀ ਹੋਵੇ ਤੇ ਅਸੀਂ ਚੁੱਪ ਕਰਕੇ ਉੱਥੇ ਵੇਖਦੇ ਹੋਈਏ ਇਸ ਤਰ੍ਹਾਂ ਬਿਲਕੁਲ ਨਹੀਂ ਜ਼ਮੀਰ ਮਰੀ ਨਹੀਂ ਸਾਡੀ ਹਲੇ ਜੇ ਸਾਨੂੰ ਕੁਝ ਵੀ ਇਸ ਤਰ੍ਹਾਂ ਦਾ ਉੱਥੇ ਨਜ਼ਰ ਆਂਦਾ ਤੇ ਅਸੀਂ ਉਹਨਾਂ ਨੂੰ ਜ਼ਰੂਰ ਕਹਿੰਦੇ ਅਸੀਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ ਅਸੀਂ ਉਹਨਾਂ ਨੂੰ ਜ਼ਰੂਰ ਸਲਾਹ ਕਰਕੇ ਕਹਿੰਦੇ ਕਿ ਨਹੀਂ ਇਹ ਗੱਲ ਗਲਤ ਹੈ ਇਸ ਤਰ੍ਹਾਂ ਨਾ ਕੀਤੀ ਜਾਏ ਸੋ ਇੱਥੇ ਮੈਂ ਇਹ ਪੱਖ ਆਪਣਾ ਕਲੀਅਰ ਕਰਨਾ ਸੀ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਕਿ 6 ਦਿਨ 6-6 ਘੰਟੇ ਲਗਾਤਾਰ ਸਵੇਰੇ ਸ਼ਾਮ ਕੀਰਤਨ ਹੁੰਦਾ ਰਿਹਾ ਔਰ ਬਾਬਾ ਜੀ ਸੰਗਤ ਦੇ ਆਉਣ ਤੋਂ ਪਹਿਲਾਂ ਆਪ ਆ ਜਾਂਦੇ ਸੀ ਬਿਲਕੁਲ ਜੀ ਔਰ ਗੁਰੂ ਸਾਹਿਬ ਜੀ ਦੀ ਸੰਪੂਰਨਤਾ ਸਾਰੀ ਸਮਾਪਤੀ ਤੋਂ ਹੋਣ ਤੋਂ ਬਾਅਦ ਆਪ ਹੋ ਜਾਂਦੇ ਸੀਗੇ ਔਰ ਸੰਗਤ ਨਾਲ ਬੈਠ ਕੇ ਲੰਗਰ ਛਕਦੇ ਸੀ ਸੰਗਤ ਨਾਲ ਬੈਠ ਕੇ ਹਰ ਚੀਜ਼ ਜਲ ਪਾਣੀ ਜੋ ਵੀ ਉਹਨਾਂ ਨੇ ਲੰਗਰ ਪ੍ਰਸ਼ਾਦਾ ਛਕਣਾ ਹੁੰਦਾ ਸੀ ਇਹਦੇ ਵਿੱਚ ਦੱਸੋ ਕਿ ਇੱਕ ਸਾਧੂ ਜੇ ਸੰਗਤ ਨੂੰ ਨਾਲ ਲੈ ਕੇ ਇੱਕ ਮੈਂ ਕਹਿੰਨਾ ਚਲੋ ਸਾਧੂ ਨੂੰ ਵੀ ਛੱਡੋ ਇੱਕ ਆਮ ਮਨੁੱਖ ਵੀ ਜੇ ਇਸ ਤਰ੍ਹਾਂ ਸੰਗਤ ਨੂੰ ਨਾਲ ਗੁਰੂ ਸਾਹਿਬ ਨਾਲ ਜੋੜ ਰਿਹਾ ਹੈ ਤੇ ਇਹਦੇ ਵਿੱਚ ਕਿਹੜੀ ਪਾਪ ਵਾਲੀ ਗੱਲ ਹੈ ਸਾਥ ਸੰਗਤ ਇੰਨਾ ਅਸੀਂ ਨਾ ਗੁੱਸੇ ਵਿੱਚ ਆਇਆ ਕਰੀਏ ਕਿ ਜਿਹੜੇ ਸੱਚੀ ਮੁੱਚੀ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਭਰੋਸਾ ਜਾਂ ਉਹਨਾਂ ਦੇ ਮਨ ਤੇ ਕੋਈ ਠੇਸ ਪਹੁੰਚੇ ਇਸ ਗੱਲ ਦਾ ਸਾਨੂੰ ਥੋੜਾ ਜਿਹਾ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਹੈ। ਤੀਸਰਾ ਤੀਸਰੀ ਵੀਡੀਓ ਸੀ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਪਹਿਲੀ ਵੀਡੀਓ ਕੁਰਸੀ ਤੇ ਪਾਲਕੀ ਦਾ ਮਸਲਾ ਸੀ ਪਾਲਕੀ ਨਹੀਂ ਸੀ ਕੁਰਸੀ ਸੀ। ਦੂਸਰੀ ਗੱਲ ਕਿ ਜਿਹੜਾ ਵਾਕ ਕਰ ਰਿਹਾ ਸੀ ਉਹ ਮੈਂ ਆਪ ਜੀ ਨੂੰ ਦੱਸਿਆ ਕਿ ਉਹਨਾਂ ਦੀ ਬੈਕ ਦੀ ਪ੍ਰੋਬਲਮ ਕਰਕੇ ਉਹਨਾਂ ਦੀ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਣ ਕਰਕੇ ਕੀਤਾ। ਤੀਸਰਾ ਅਤਰਾਜ ਸਿੰਘ ਜੀ ਕਿ ਗਾਤਰੇ ਪਵਾ ਕੇ ਕੁੜੀਆਂ ਨਚਾਈਆਂ ਗਈਆਂ। ਹੂੰ ਹੂੰ। ਉਹਦੇ ਬਾਰੇ ਵੀਰ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੁੜੀਆਂ ਨਚਾਈਆਂ ਗਈਆਂ ਇਹਦੇ ਵਿੱਚ ਬਹੁਤ ਫਰਕ ਹੈ ਬਹੁਤ ਫਰਕ ਹੈ ਕੁੜੀਆਂ ਨਚਾਈਆਂ ਗਈਆਂ ਦਾ ਮਤਲਬ ਹੁੰਦਾ ਹੈ ਮੈਨੂੰ ਮaaf ਕਰਨਾ ਜਿਹੜਾ ਜਿਵੇਂ ਸਾਡੇ ਇੰਡੀਆ ਰਿਵਾਜ ਹੈ ਕਿ ਵਿਆਹਾਂ ਤੇ ਅਸੀਂ ਆਮ ਵੇਖਦੇ ਹਾਂ ਕਿ ਡੀਜੇ ਬੁਲਾ ਕੇ ਤੇ ਰੈਂਟ ਤੇ ਕਿਰਾਏ ਤੇ ਨੱਚਣ ਵਾਲੀਆਂ ਕੁੜੀਆਂ ਬੁਲਾ ਕੇ ਵਿਆਹਾਂ ਸ਼ਾਦੀਆਂ ਦੇ ਵਿੱਚ ਲੋਕ ਇੰਟਰਟੇਨ ਕਰਦੇ ਨੇ ਔਰ ਮੈਂ ਮਾਫੀ ਮੰਗ ਕੇ ਇਹ ਗੱਲ ਕਰਨ ਲੱਗਾ ਕਿ ਜਿੰਨੇ ਸਾਡੇ ਧਰਮ ਦੇ ਠੇਕੇਦਾਰ ਨੇ ਉਹਨਾਂ ਦੇ ਵਿਆਹਾਂ ਵਿੱਚ ਵੀ ਇਹ ਚੀਜ਼ਾਂ ਸੀ ਆਂ ਬਿਲਕੁਲ ਜੀ ਬਿਲਕੁਲ ਆਮ ਵੇਖੀਆਂ ਨੇ ਆਮ ਵੇਖੀਆਂ ਨੇ ਜਿਹੜੇ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਅਖਵਾਉਂਦੇ ਨੇ ਉਹਨਾਂ ਲੋਕਾਂ ਦੇ ਵਿਆਹਾਂ ਵਿੱਚ ਵੀ ਅਸੀਂ ਇਹ ਚੀਜ਼ਾਂ ਆਮ ਵੇਖੀਆਂ ਨੇ ਸਾਤ ਸੰਗਤ ਕੁੜੀਆਂ ਨਚਾਈਆਂ ਨਹੀਂ ਗਈਆਂ ਉਹਨਾਂ ਦੇ ਪਰਿਵਾਰ ਦੀਆਂ ਸਾਡੇ ਘਰਾਂ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਹੈ ਸਾਡੇ ਘਰਾਂ ਸਾਡੇ ਪਰਿਵਾਰਾਂ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਹੈ ਜਾਂ ਆਮ ਸਿੱਖਾਂ ਦੇ ਘਰਾਂ ਵਿੱਚ ਜਦੋਂ ਵਿਆਹ ਸ਼ਾਦੀ ਜਾਂ ਕੋਈ ਜਨਮ ਦਿਨ ਮਨਾਇਆ ਜਾਂਦਾ ਹੈ ਕਿ ਬੱਚੇ ਖੁਸ਼ੀ ਨਹੀਂ ਕਰਦੇ ਬੱਚੇ ਨੱਚਦੇ ਨਹੀਂ ਬੱਚੇ ਆਪਣੇ ਮਾਪੇ-ਮਾਪ ਨੂੰ ਖੁਸ਼ ਕਰਨ ਵਾਸਤੇ ਬਹੁਤ ਕੁਝ ਇਸ ਤਰ੍ਹਾਂ ਦੇ ਐਂਟਰਟੇਨਮੈਂਟ ਪ੍ਰੋਗਰਾਮ ਰੱਖਦੇ ਨੇ ਜਿਸ ਦੇ ਨਾਲ ਮਾਪੇ-ਮਾਪ ਨੂੰ ਖੁਸ਼ੀ ਮਿਲੇ ਉਸੇ ਦੇ ਤਹਿਤ ਬਾਬਾ ਜੀ ਦੀ ਪਰਿਵਾਰ ਦੇ ਵਿੱਚੋਂ ਹੀ ਉਹ ਬੱਚੀਆਂ ਸਨ ਉਹ ਬੀਬੀਆਂ ਪੈਣਾ ਸਨ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਲੈਣ ਵਾਸਤੇ ਉੱਥੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਇਹ ਇਤਰਾਜ ਵੀ ਆਇਆ ਕਿ ਫਿਲਮੀ ਗਾਣਿਆਂ ਤੇ ਗੁਰਮੁਖੋ 100% ਦੇ 100% ਫਿਲਮੀ ਗਾਣੇ ਮਾੜੇ ਨਹੀਂ ਹੈ ਮਾੜੇ ਨਹੀਂ ਹੁੰਦੇ ਬਿਲਕੁਲ ਜੀ ਉਹਨਾਂ ਦੇ ਵਿੱਚ 5 7 10% ਗਾਣੇ ਐਸੇ ਵੀ ਨੇ ਜਿਹੜੇ ਸਾਡੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਨੇ ਬਿਲਕੁਲ ਜੀ ਔਰ ਮਾਪੇ ਦੀ ਇੱਜ਼ਤ ਮਾਪੇ ਦੀ ਰਿਸਪੈਕਟ ਦੇ ਨਾਲ ਰਿਲੇਟਿਡ ਉਹ ਗਾਣੇ ਸੀ ਜਿਨ੍ਹਾਂ ਗਾਣਿਆਂ ਤੇ ਉਹਨਾਂ ਨੇ ਆਪਣੇ ਬਾਪ ਨੂੰ ਜਨਮ ਦਿਨ ਦੇ ਉੱਤੇ ਉਹ ਇੱਕ ਤਰ੍ਹਾਂ ਦਾ ਤੋਹਫਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਹਾਂ ਅਸੀਂ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਸਾਡੇ ਸਾਡੇ ਵਾਸਤੇ ਤੁਸੀਂ ਬੜੇ ਬੜੇ ਖਾਸ ਹੋ ਤੁਸੀਂ ਆਮ ਨਹੀਂ ਹੋ ਹਰ ਬੱਚਾ ਆਪਣੇ ਬਾਪ ਨੂੰ ਕਹਿੰਦਾ ਹੈ ਕਿ ਮੇਰਾ ਬਾਪ ਦੁਨੀਆ ਦਾ ਸਭ ਤੋਂ ਸਪੈਸ਼ਲ ਬਾਪ ਹੈ ਸਭ ਤੋਂ ਸਪੈਸ਼ਲ ਬਾਪ ਹਰ ਬੱਚਾ ਆਪਣੀ ਮਾਂ ਨੂੰ ਕਹਿੰਦਾ ਹੈ ਮੇਰੀ ਮਾਂ ਦੁਨੀਆ ਦੀ ਸਭ ਤੋਂ ਸਪੈਸ਼ਲ ਮਾਂ ਹੈ ਗੁਰਮਖੋ ਜੇ ਉਥੇ ਸ਼ਬਦ ਲਾ ਕੇ ਕੋਈ ਡਾਂਸ ਕੀਤਾ ਜਾਂਦਾ ਤੇ ਸ਼ਾਇਦ ਮੈਂ ਵੀ ਇਤਰਾਜ਼ ਕਰਦਾ ਬਿਲਕੁਲ ਜੀ ਮੈਂ ਉਸ ਗੱਲ ਦਾ ਜ਼ਰੂਰ ਇਤਰਾਜ਼ ਕਰਦਾ ਕਿ ਹਾਂ ਸ਼ਬਦ ਤੇ ਡਾਂਸ ਕਿਉਂ ਕੀਤਾ ਗਿਆ ਪਰ ਜੇ ਕੋਈ ਉਥੇ ਸੱਭਿਆਕ ਗਾਣਾ ਲਾ ਕੇ ਉਹਨਾਂ ਨੇ ਆਪਣੇ ਬਾਪ ਦੀ ਖੁਸ਼ੀ ਵਾਸਤੇ ਜਨਮ ਦਿਨ ਵਾਸਤੇ ਕੁਝ ਕੀਤਾ ਤੇ ਇਹਦੇ ਵਿੱਚ ਕੁਝ ਮੇਰੇ ਹਿਸਾਬ ਨਾਲ ਕੋਈ ਮਾੜਾ ਨਹੀਂ ਹਾਂ ਜੇ ਮੈਂ ਗਲਤ ਹੋਵਾਂ ਤੇ ਮੈਨੂੰ ਜ਼ਰੂਰ ਸਮਝਾਇਆ ਜਾਏ ਕਿ ਹਾਂ ਮੈਂ ਗਲਤ ਹਾਂ ਉਸ ਤੋਂ ਅਗਲੀ ਗੱਲ ਜਿਸ ਗੱਲ ਦਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਹੋਇਆ ਕਿ ਸਾਡੇ ਪੰਥਕ ਚੈਨਲ ਤੇ ਰੇਡੀਓ ਜਿਨ੍ਹਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵੀ ਧਾਰਮਿਕ ਮੁੱਦਾ ਜਾਂ ਇਸ ਤਰ੍ਹਾਂ ਦਾ ਪੰਥਕ ਮਸਲਾ ਹੁੰਦਾ ਹੈ ਪਹਿਲਾਂ ਉਹਦੀ ਚੰਗੇ ਤਰੀਕੇ ਦੇ ਨਾਲ ਤਹਿਕੀਕਾਤ ਕੀਤੀ ਜਾਏ ਬਿਲਕੁਲ ਉਹਨੂੰ ਸਮਝਿਆ ਜਾਏ ਕਿ ਹੋਇਆ ਕੀ ਸੀ ਉਥੇ ਅਸਲੀਅਤ ਕੀ ਸੀ ਉਸ ਤੋਂ ਬਾਅਦ ਉਸ ਖਬਰ ਨੂੰ ਫੈਲਾਇਆ ਜਾਏ ਪਰ ਮੇਰਾ ਖਿਆਲ ਵੀਆਰਪੀ ਜਿਹੜੀ ਹੈ ਅੱਜਕੱਲ ਉਹਨਾਂ ਚੈਨਲਾਂ ਵਾਸਤੇ ਬੜੀ ਜ਼ਰੂਰੀ ਹੈ ਬੜੀ ਜ਼ਰੂਰੀ ਸਚਾਈ ਜਾਂ ਉਹਦੇ ਨਾਲ ਕੋਈ ਮਤਲਬ ਨਹੀਂ ਬਸ ਇਹ ਵੇਖਣਾ ਕਿ ਲੋਕ ਭਾਵੁਕ ਕਿਵੇਂ ਹੋਣਗੇ ਲੋਕ ਗੁੱਸੇ ਵਿੱਚ ਕਿਵੇਂ ਆਣਗੇ ਲੋਕਾਂ ਦਾ ਉਬਾਲ ਕਿਵੇਂ ਚੜੇਗਾ ਤੇ ਲੋਕ ਵੱਧ ਤੋਂ ਵੱਧ ਸਾਡੀ ਖਬਰ ਕਿਵੇਂ ਵੇਖਣਗੇ ਇਸ ਕਰਕੇ ਉਹਨਾਂ ਨੇ ਟਾਈਮ ਹੀ ਇਸ ਚੀਜ਼ ਨੂੰ ਜ਼ਰੂਰੀ ਨਹੀਂ ਸਮਝਿਆ ਕਿ ਅਸੀਂ ਪਹਿਲਾਂ ਇਹਦਾ ਕਲੈਰੀਫਿਕੇਸ਼ਨ ਲੈ ਲਈਏ ਕਿਉਂਕਿ ਥਾਈਲੈਂਡ ਵਿੱਚ ਵੀ ਤੇ ਸਿੱਖ ਸੰਗਤ ਹੈ ਕਿਸੇ ਨੂੰ ਵੀ ਫੋਨ ਕਰ ਸਕਦੇ ਸੀ ਫੇਸਬੁੱਕ ਤੇ ਹੁਣ ਇੰਨਾ ਪ੍ਰਚਾਰ ਵੈਸੇ ਹੋਇਆ ਫੇਸਬੁੱਕ ਤੇ ਕਿਸੇ ਨੂੰ ਪੁੱਛ ਲੈਂਦੇ ਕਿ ਬਈਅਸ ਲੀਅਤ ਕੀ ਹੈ ਕਿ ਅਸਲੀਅਤ ਕੀ ਹੈ ਅਸਲੀਅਤ ਕੀ ਹੈ ਹੋਇਆ ਕੀ ਹੈ ਪਰ ਬਿਨਾ ਕਿਸੇ ਸੋਚ ਵਿਚਾਰ ਤੋਂ ਸਾਡੇ ਸਾਰੇ ਦੇ ਸਾਰੇ ਪੰਥਕ ਚੈਨਲਾਂ ਨੇ ਮੈਂ ਕਿਹੜੇ ਚੈਨਲ ਦਾ ਨਾਂ ਨਹੀਂ ਲੈ ਰਿਹਾ ਕਿਸੇ ਰੇਡੀਓ ਦਾ ਨਾਂ ਨਹੀਂ ਲੈ ਰਿਹਾ ਪਰ ਅਸਲੀਅਤ ਇਹ ਹੈ ਕਿ ਸਾਰੇ ਚੈਨਲਾਂ ਨੇ ਸਾਰੇ ਰੇਡੀਓ ਨੇ ਸਾਰੀਆਂ ਸਾਡੀਆਂ ਪੰਥਕ ਅਖਬਾਰਾਂ ਨੇ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਛਪਦੀਆਂ ਨੇ ਜਾਂ ਹਿੰਦੁਸਤਾਨ ਦੇ ਵਿੱਚ ਵੀ ਛਪਦੀਆਂ ਨੇ ਇਕਾ ਦੁੱਖਾ ਸਾਰਿਆਂ ਨੇ ਇਸ ਖਬਰ ਨੂੰ ਆਪਣੀ ਖੁਸ਼ੀ ਵਾਸਤੇ ਆਪਣੇ ਮਤਲਬ ਆਪਣੀਆਂ ਰੋਟੀਆਂ ਸੇਕਣ ਵਾਸਤੇ ਵੱਧ ਤੋਂ ਵੱਧ ਫੈਲਾਇਆ ਬਿਨਾ ਸੋਚੇ ਸਮਝੇ ਬਿਨਾ ਸੋਚੇ ਸਮਝੇ ਅੱਛਾ ਉਸ ਤੋਂ ਬਾਅਦ ਵੀਰ ਜੀ ਕੀ ਹੋਇਆ ਜਦੋਂ ਰਿਪਲਾਈ ਆ ਗਈ ਜਦੋਂ ਕਲੈਰੀਫਿਕੇਸ਼ਨ ਆ ਗਈ ਫਿਰ ਉਲਟੇ ਹੋ ਕੇ ਬਿਲਕੁਲ ਉਹਨਾਂ ਹੀ ਚੈਨਲਾਂ ਨੇ ਫਿਰ ਉਹਨਾਂ ਹੀ ਚੈਨਲਾਂ ਨੇ ਫਿਰ ਪੋਜ਼ਿਟਿਵ ਲੈ ਕੇ ਆਪਣੀ ਟੀਆਰਪੀ ਫਿਰ ਉਹਨਾਂ ਦੇ ਉੱਤੇ ਦੋਵੇਂ ਦੋਵੇਂ ਪਾਸੇ ਚੋਪੜੇ ਗਏ ਬਿਲਕੁਲ ਉਹਨਾਂ ਦੇ ਦੋਵੇਂ ਪਾਸੇ ਚੋਪੜੇ ਗਏ ਸੋ ਜਿਆਦਾ ਵਧੀਆ ਇਹ ਹੋਣਾ ਸੀ ਕਿ ਪਹਿਲਾਂ ਖਬਰ ਦੀ ਤਹਿਕੀਕਾਤ ਕਰਦੇ ਉਸ ਤੋਂ ਬਾਅਦ ਸਾਨੂੰ ਗਾਲਾਂ ਵੀ ਕਢਵਾ ਲਈਆਂ ਚਲੋ ਸਾਡੀਆਂ ਗਾਲਾਂ ਦੀ ਤਾਂ ਖੈਰ ਹੈ ਕੋਈ ਗੱਲ ਨਹੀਂ ਅਸੀਂ ਤੇ ਗੁਰੂ ਨੂੰ ਸਮਰਪਤਾਂ ਮਰਨਾ ਜੀਣਾ ਗੁਰੂ ਲਿਖੇ ਹੈ ਜੇ ਗੁਰੂ ਕੀ ਸੰਗਤ ਗਾਲਾਂ ਕੱਢ ਰਹੀ ਹੈ ਤੇ ਸਿਰ ਮੱਥੇ ਪ੍ਰਵਾਣ ਅਗਲੀ ਗੱਲ ਕਿ ਮੈਨੂੰ ਬਹੁਤ ਸਾਰੇ ਸੁਹਿਰਦ ਵੀਰਾਂ ਦਾ ਫੋਨ ਆਇਆ ਫੋਨ ਤੇ ਜਦੋਂ ਗੱਲ ਹੋਈ ਉਹਨਾਂ ਨਾਲ ਮੈਂ ਇਸ ਤਰੀਕੇ ਨਾਲ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਹੋਇਆ ਉਹ ਕਹਿੰਦੇ ਕਿ ਭਾਈ ਸਾਹਿਬ ਇਹਦੇ ਵਿੱਚ ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਗੱਲ ਗਲਤ ਹੈ ਬਿਲਕੁਲ ਜੀ ਤੇ ਚਲੋ ਮੈਂ ਇੱਕ ਗੱਲ ਮੰਨਦਾ ਕਿ ਹਾਂ ਵੀਰ ਗੁਰਪ੍ਰੀਤ ਸਿੰਘ ਜੀ ਮੈਂ ਸਮਝਦਾ ਕਿ ਸਾਨੂੰ ਇੰਨਾ ਕੁਝ ਬੋਲਣ ਤੋਂ ਬਾਅਦ ਵੀ ਲੋਕਾਂ ਨੇ ਛੱਡਣਾ ਨਹੀਂ ਹੈ ਸਹੀ ਗੱਲ ਹੈ ਜੀ ਬਿਲਕੁਲ ਜਿਹੜੀ ਸਾਡੀ ਫੇਸਬੁੱਕ ਵਾਲੀ ਕਾਮ ਹੈ ਨਾ ਉਹਨਾਂ ਨੇ ਅੱਗੇ ਸਵਾਲ ਤੋਂ ਸਵਾਲ ਪੁੱਛਨੇ ਨੇ ਉਹ ਸੁਣਦੇ ਹੀ ਨਹੀਂ ਚਾਹੁੰਦੇ ਜੀ ਉਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਅੱਗੇ ਮੈਂ ਇੱਕ ਗੱਲ ਕਹਿਣਾ ਹੁੰਦਾ ਜੇ ਮੇਰਾ ਤੁਹਾਡਾ ਪਿਆਰ ਮੈਂ ਆਪਣੇ ਪਿਆਰ ਤੱਕ ਸੀਮਿਤ ਰਵਾਂ ਮੈਂ ਸਮਝਾ ਕਿ ਗੁਰਪ੍ਰੀਤ ਸਿੰਘ ਜੀ ਮੇਰੇ ਨਾਲ ਬੜੇ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਨੇ ਮੇਰਾ ਵਾਸਤਾ ਮੇਰਾ ਜਿਹੜਾ ਮਤਲਬ ਹੈ ਉਹ ਸਿਰਫ ਇੱਥੇ ਤੱਕ ਹੈ ਨਾ ਕਿ ਮੈਂ ਇਹ ਕੋਸ਼ਿਸ਼ ਕਰਾਂ ਕਿ ਗੁਰਪ੍ਰੀਤ ਸਿੰਘ ਦਾ ਦਾਦਾ ਕੌਣ ਸੀ ਪੜਦਾਦਾ ਕੌਣ ਸੀ ਉਹਨੇ ਕੀ ਕੀਤਾ ਉਹਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਉਹਨੇ ਕਿੰਨੀਆਂ ਚੋਰੀਆਂ ਕੀਤੀਆਂ ਕਿੰਨੀਆਂ ਠੱਗੀਆਂ ਕੀਤੀਆਂ ਕੀ ਹੋਇਆ ਕੀ ਨਹੀਂ ਹੋਇਆ ਮੇਰਾ ਪੋਥੜੇ ਫੁੱਲਣ ਦਾ ਕੋਈ ਮਤਲਬ ਨਹੀਂ ਬਣਦਾ ਹਾਂਜੀ ਬਿਲਕੁਲ ਸਹੀ ਸੋ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਵੇਖੋ ਕਿਸੇ ਵੀ ਸੰਸਥਾ ਦੇ ਜਦੋਂ ਤੁਸੀਂ ਅੰਦਰ ਤੱਕ ਵੜਨ ਦੀ ਕੋਸ਼ਿਸ਼ ਕਰੋਗੇ ਤੇ ਜੇ ਵਕੀਲ ਬਣ ਕੇ ਵਕਾਲਤ ਕਰਕੇ ਕੁਝ ਲੱਭਣ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਲੱਭ ਜੇਗਾ ਪਰ ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਆਪਾਂ ਆਪਣੇ ਉਸ ਮਤਲਬ ਤੱਕ ਮਤਲਬ ਰੱਖੀਏ ਕਿ ਸਾਨੂੰ ਗੁਰੂ ਨਾਲ ਜੋੜਿਆ ਜਾ ਰਿਹਾ ਹੈ ਸਾਨੂੰ ਗੁਰੂ ਦੀ ਬਾਣੀ ਦਾ ਆ ਮੈਸੇਜ ਮਿਲ ਰਿਹਾ ਸਾਨੂੰ ਗੁਰੂ ਦੀ ਬਾਣੀ ਦਾ ਆ ਸੰਦੇਸ਼ ਮਿਲ ਰਿਹਾ ਅਸੀਂ ਉਸ ਸੰਦੇਸ਼ ਤੱਕ ਸੀਮਿਤ ਰਹੀਏ ਉੱਥੇ ਤੱਕ ਸੀਮਿਤ ਰਹੀਏ ਸੋ ਸਾਥ ਸੰਗਤ ਜੀ ਮਾਫ ਕਰਨਾ ਜਿਹੜਾ ਸਾਡਾ ਪੱਖ ਸੀ ਉਹ ਅਸੀਂ ਆਪਜੀ ਨਾਲ ਸਾਂਝਾ ਕੀਤਾ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਛੱਡਣਾ ਸਾਨੂੰ ਹਾਲੀ ਵੀ ਲੋਕਾਂ ਨੇ ਨਹੀਂ ਹੈਗਾ ਪਰ ਜੋ ਅਸਲੀਅਤ ਸੀ ਉਹ ਸੀ ਦੱਸੀ ਹੈ ਔਰ ਮੈਂ ਸਮਝਦਾ ਕਿ ਜੇ ਇਸ ਤਰ੍ਹਾਂ ਦੀ ਸਚਾਈ ਤੋਂ ਵੀ ਕੀਰਤਨੀਆਂ ਨੂੰ ਕੀਰਤਨ ਕਰਨ ਤੋਂ ਰੁਕਿਆ ਜਾਏਗਾ ਤੇ ਫਿਰ ਬੜੀ ਮੁਸ਼ਕਲ ਹੋ ਜਾਏਗੀ ਕਿ ਕੋਈ ਵੀ ਕੀਰਤਨੀਆਂ ਹਿੰਮਤ ਨਹੀਂ ਕਰੇਗਾ ਕਿ ਉਹ ਕੀਰਤਨ ਵਾਲੇ ਪਾਸੇ ਆਪਣੇ ਆਪ ਨੂੰ ਹੋਰ ਅਗਾਹ ਵਧਾਵੇ ਜਾਂ ਆਪਣੀ ਔਲਾਦ ਨੂੰ ਆਪਣੇ ਬੱਚਿਆਂ ਨੂੰ ਇਹ ਆਖੇ ਕਿ ਹਾਂ ਕੀਰਤਨ ਵਾਲੇ ਪਾਸੇ ਤੁਰੋ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਗੁਰੂ ਕੇ ਕੀਰਤਨੀਆਂ ਹਾਂ ਪਰ ਜਿੰਨਾ ਪਿਆਰ ਤੁਸੀਂ ਦਿੰਦੇ ਹੋ ਉਹਦੇ ਨਾਲ ਨਾਲ ਜਿਹੜੀ ਸਿਰਫ ਲਿミਟਡ ਕੌਮ ਫੇਸਬੁੱਕ ਵਾਲੀ ਹੈ ਜਿੰਨੀਆਂ ਗਾਲ੍ਹਾਂ ਕੱਢਦੀ ਏ ਕਈ ਵਾਰੀ ਇਸ ਤਰ੍ਹਾਂ ਲੱਗਦਾ ਪਈ ਉਹ ਗਾਲ੍ਹਾਂ ਹੈਵੀ ਹੋ ਗਈ ਜਿਸ ਤਰ੍ਹਾਂ ਜੇ 6 ਦਿਨਾਂ ਦਾ ਕੀਰਤਨ ਲਾਈਏ ਤੇ 12 ਦੇ ਸਾਹਬ ਦੇ ਨਾਲ 72 ਘੰਟੇ ਕੀਰਤਨ ਹੋਇਆ ਪਰ 72 ਘੰਟੇ ਕੀਰਤਨ ਦੀ ਸੋਭਾ ਨਹੀਂ ਕੀਤੀ ਗਈ ਉਸ 1.5 ਮਿੰਟ ਦੀ ਉਸ ਕਲਿੱਪ ਦੀ ਬਖਤੋਈ ਜ਼ਰੂਰ ਹੋਈ ਕਿ ਬਾਬਾ ਜੀ ਪਾਲਕੀ 'ਚ ਬੈਠ ਕੇ ਸੋਨੇ ਦੀ ਪਾਲਕੀ ਵਿੱਚ ਬੈਠ ਕੇ ਉੱਥੇ ਆਏ ਸੋ ਸਾਥ ਸੰਗਤ ਇਹਦੇ ਨਾਲ ਮੈਂ ਇੱਕ ਹੋਰ ਗੱਲ ਜੋੜ ਦਿਆਂ ਕਿ ਜਿਸ ਤਰ੍ਹਾਂ ਸਾਨੂੰ ਕੀਰਤਨ ਕਰਦਿਆਂ ਨੂੰ ਦਾਸ ਦੇ ਜਥੇ ਨੂੰ ਬਣੇ ਨੂੰ ਲਗਭਗ 30 ਸਾਲ ਤੋਂ ਵੀ ਵਧੇਰੇ ਸਮਾਂ ਹੋ ਗਿਆ ਮੇਰੇ ਖਿਆਲ 30 ਸਾਲ ਦੀ कीर्तन ਦੀ ਕਮਾਈ ਮੇਰੀ ਪਿੱਛੇ ਛੱਡ ਕੇ ਤੇ ਤੁਸੀਂ ਸਿਰਫ ਇਸ ਗੱਲ ਦੀਆਂ ਗਾਲਾਂ ਮੈਨੂੰ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਇੱਕ ਸਾਧੂ ਤੁਹਾਡੇ ਕੀਰਤਨ ਕਰਦਿਆਂ ਉੱਥੇ ਵੋਕ ਕਰ ਰਿਹਾ ਬਿਲਕੁਲ ਜੀ ਉੱਥੇ ਘੁੰਮ ਰਿਹਾ ਚਲੋ ਇਹ ਤੁਹਾਡਾ ਪਰਵਾਨਾ ਜਿਹੜਾ ਹੈ ਉਹ ਸਾਡੇ ਸਿਰ ਮੱਥੇ ਤੇ ਪਰ ਗੁਰੂ ਮਿਹਰ ਕਰੇ ਸਾਨੂੰ ਸੁਮਤ ਬਖਸ਼ੇ ਜੇ ਅਸੀਂ ਕਿਧਰੇ ਗਲਤ ਹੋਈਏ ਕਿਤੇ ਸਾਡੇ ਕੋਲੋਂ ਕੋਈ ਗਲਤੀ ਹੋਵੇ ਤੇ ਸਤਿਗੁਰੂ ਜੀ ਸਾਨੂੰ ਸਿੱਧਾ ਰਾਹ ਦਿਖਾਣ ਬਾਕੀ ਮੇਰੇ ਵੀਰੋ ਇੰਨੀ ਮੇਰੀ ਬੇਨਤੀ ਜ਼ਰੂਰ ਹੈ ਕਿ ਅਸੀਂ ਸਾਰੇ ਹੀ ਸੰਪੂਰਨ ਨਹੀਂ ਹਾਂ ਸੰਪੂਰਨ ਕੋਈ ਵੀ ਅਕਾਲ ਪੁਰਖ ਹੈ ਕੋਈ ਵੀ ਨਹੀਂ ਕੋਈ ਵੀ ਸੰਪੂਰਨ ਨਹੀਂ ਹੈ ਪਰ ਕਿਸੇ ਦੇ ਪਰਿਵਾਰਕ ਖੁਸ਼ੀ ਦੇ ਵਿੱਚ ਅਸੀਂ ਆਪਣਾ ਇੰਟਰਫੇਅਰ ਕਰੀਏ ਜਾਂ ਉਹਦੇ ਤੇ ਕਿੰਤੂ ਪਰੰਤੂ ਕਰੀਏ ਜਾਂ ਉਹਦੇ ਵਿੱਚੋਂ ਗੱਲਾਂ ਲੱਭਣ ਦੀ ਕੋਸ਼ਿਸ਼ ਕਰੀਏ ਕਿ ਉਹਨੇ ਆਪਣੇ ਪਰਿਵਾਰਕ ਫੰਕਸ਼ਨ ਦੇ ਵਿੱਚ ਆਹ ਕੰਮ ਕੀਤਾ ਤੇ ਇਸ ਤਰ੍ਹਾਂ ਸੀ ਇਸ ਤਰ੍ਹਾਂ ਸੀ ਇਸ ਤਰ੍ਹਾਂ ਸੀ ਮੇਰਾ ਖਿਆਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਾਦਖਾਟ ਦੀ ਮਾਫੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ